ਬਾਲੀਵੁੱਡ ਦੇ ਵਿੱਚ 2018 ਨੂੰ ਕਈ ਨਵੀਆਂ ਜੋੜੀਆਂ ਨਜ਼ਰ ਆਉਣਗੀਆਂ, ਜਿਵੇਂ ਕਿ ਸਾਰਾ ਅਲੀ ਖਾਨ ਰਣਵੀਰ ਸਿੰਘ ਸਿੰਬਾ ਦੇ ਵਿੱਚ, ਰਣਬੀਰ ਕਪੂਰ ਦੀਆ ਮਿਰਜ਼ਾ ਸੰਜੂ ਦੇ ਵਿੱਚ, ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਸੂਈ ਧਾਗਾ ਦੇ ਵਿੱਚ, ਅਤੇ ਇੱਕ ਹੋਰ ਨਵੀਂ ਜੋੜੀ ਦੀ ਅੱਜ ਮੈਂ ਖਬਰ ਲਿਆਵਾਂ। ਲੇਕਿਨ ਇਹ ਕੋਈ ਬਾਲੀਵੁੱਡ ਮੂਵੀ ਲਈ ਨਹੀਂ ਜੁੜ ਰਹੇ, ਇਹ ਜੁੜ ਰਹੇ ਨੇ ਇੰਟਰਨੈਸ਼ਨਲ ਪ੍ਰੋਜੈਕਟ ਲਈ। ਜੀ ਹਾਂ, ਮੈਂ ਗੱਲ ਕਰ ਰਿਹਾ ਰਾਜਕੁਮਾਰ ਹਿਰਾਨੀ ਅਤੇ ਨਰਗਿਸ ਫਾਕਰੀ ਦੀ, ਜੋ ਕਿ ਨਜ਼ਰ ਆਉਣਗੇ 5 weddings ਦੇ ਵਿੱਚ। 5 weddings ਦਾ ਇੰਟਰਨੈਸ਼ਨਲ ਟ੍ਰੇਲਰ ਆ ਗਿਆ ਹੈ ਅਤੇ ਇਹਨੂੰ ਡਾਇਰੈਕਟ ਕੀਤਾ ਨਮ੍ਰਤਾ ਸਿੰਘ ਗੁਜਰਾਲ ਨੇ। ਇਹ ਚੈੱਕ ਕਰੋ ਟ੍ਰੇਲਰ ਦੀ ਕੁਝ ਝਲਕੀਆਂ। Officer, I was attacked. You should find them. Do you speak English? The American girl is cute. I brought my mom's clothes. I just feel like an idiot. You're not an idiot. You're just stuck in hippie era. India has moved on. I'm coming home. Why? What happened? 5 weddings ਦਾ ਪੂਰਾ ਟ੍ਰੇਲਰ ਬਹੁਤ ਵਧੀਆ ਹੈ, ਯੂਟਿਊਬ 'ਤੇ ਜਾਓ ਅਤੇ ਟ੍ਰੇਲਰ ਦੇਖੋ। ਅਤੇ ਸਿਰਫ ਰਾਜਕੁਮਾਰ ਹਿਰਾਨੀ ਅਤੇ ਨਰਗਿਸ ਫਾਕਰੀ ਨਹੀਂ ਹੈ, ਇਸ ਮੂਵੀ ਦੇ ਵਿੱਚ ਸਾਡੇ ਪੰਜਾਬ ਦੀਆਂ 2 actresses ਸ਼ਿਵਾਨੀ ਸੈਨੀ ਅਤੇ ਦਿਲਜੋਤ ਕਰਦੇ ਨਜ਼ਰ ਆਉਣਗੇ ਇੱਕ ਇੰਪੋਰਟੈਂਟ ਰੋਲ ਪਲੇ। ਜੇ ਮੈਂ ਤੁਹਾਨੂੰ ਇੱਕ ਟ੍ਰਿਵਿਆ ਦੇਵਾਂ ਤਾਂ ਨਮ੍ਰਤਾ ਸਿੰਘ ਗੁਜਰਾਲ ਨਜ਼ਰ ਆਈ ਸੀ ਮੂਵੀ ਕਾਂਟੇ ਦੇ ਵਿੱਚ ਰੇਨੂ ਮਾਥੁਰ ਦੇ ਰੋਲ ਦੇ ਵਿੱਚ। ਕਾਂਟੇ ਉਹ ਹੀ ਮੂਵੀ ਹੈ ਜਿਹਦੇ ਵਿੱਚ ਸੰਜੇ ਦੱਤ ਇੰਪੋਰਟੈਂਟ ਰੋਲ ਪਲੇ ਕਰ ਰਹੇ ਸੀ, ਜਿਹੜੀ 2002 ਦੇ ਵਿੱਚ ਰਿਲੀਜ਼ ਹੋਈ ਸੀ, ਅਤੇ ਨਮ੍ਰਤਾ ਸਿੰਘ ਗੁਜਰਾਲ ਹੀ ਡਾਇਰੈਕਟ ਕਰ ਰਹੀ ਹੈ 5 weddings ਨੂੰ। ਇਹ ਤਾਂ ਸੀ ਇੰਗਲਿਸ਼ ਟ੍ਰੇਲਰ। ਜੇ ਮੈਂ ਹਿੰਦੀ ਟ੍ਰੇਲਰ ਦੀ ਗੱਲ ਕਰਾਂ ਤਾਂ ਉਹ ਆ ਰਿਹਾ ਬਹੁਤ ਜਲਦੀ, ਮੂਵੀ ਰਿਲੀਜ਼ ਹੋਏਗੀ  21 September ਨੂੰ। ਮੈਂ ਤਾਂ ਦੇਖਣ ਜਾਵਾਂਗਾ ਹੀ ਜਾਵਾਂਗਾ, ਅਤੇ ਆਈ ਹੋਪ ਤੁਸੀਂ ਵੀ ਵੇਖਣ ਜਾਓਗੇ। ਪੂਰੀ ਖਬਰ ਪੜ੍ਹਨ ਲਈ ਜਾਓ gabru.com ਤੇ। ਔਸਮ ਵੀਡੀਓਜ਼ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾ ਕੇ ਨੋਟੀਫਿਕੇਸ਼ਨ ਆਨ ਕਰੋ, ਤੇ ਮੈਂ ਤੁਹਾਨੂੰ ਮਿਲਾਂਗਾ ਅਗਲੀ ਖਬਰ ਦੇ ਨਾਲ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਜ।